ਦੇਖੋ, ਬੜੇ ਦੁੱਖ ਦੀ ਗੱਲ ਹੈ ਕਿ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਆਪਣੇ ਹੱਕਾਂ ਦੇ ਵਾਸਤੇ, ਨਿਆਂ ਵਾਸਤੇ ਧਰਨੇ 'ਤੇ ਬੈਠਣਾ ਪੈ ਰਿਹਾ ਹੈ। ਐਡਮਿਨਿਸਟ੍ਰੇਸ਼ਨ ਹੈ ਉਹਦਾ ਰਵੱਈਆ ਬਿਲਕੁਲ ਪੱਖਪਾਤੀ ਹੈ ਅਤੇ ਇੱਕ ਵਿਅਕਤੀ ਨੂੰ ਬਚਾਉਣ ਲਈ ਐਡਮਿਨਿਸਟ੍ਰੇਸ਼ਨ ਨੇ ਸਾਰਾ ਜ਼ੋਰ ਲਾਇਆ ਹੋਇਆ। ਜਿਹੜੀਆਂ ਗੱਲਾਂ ਇਹਨਾਂ ਬੱਚਿਆਂ ਤੋਂ ਸਾਹਮਣੇ ਆਈਆਂ, ਅੱਜ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਜਸ਼ਨਦੀਪ ਕੌਰ ਦੇ ਪਰਿਵਾਰ ਅਤੇ ਵਿਦਿਆਰਥੀਆਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ। ਪਿਛਲੇ 20 ਤੋਂ 25 ਦਿਨਾਂ ਦੇ ਵਿੱਚ ਜਿਹੜੇ ਹੈਗੇ ਨੇ ਉੱਥੇ ਜਿਹੜੇ ਵਿਦਿਆਰਥੀ ਨੇ ਉਹ ਉੱਥੇ ਇਸ ਭੈਣ ਨੂੰ ਇਨਸਾਫ ਦਿਵਾਉਣ ਲਈ ਬੈਠੇ ਹਨ ਅਤੇ ਇਸ ਇਨਸਾਫ ਮੋਰਚੇ ਦੇ ਵਿੱਚ ਅੱਜ ਪਰਮਿੰਦਰ ਸਿੰਘ ਢੀਂਡਸਾ ਵੀ ਪਹੁੰਚੇ ਹਨ ਅਤੇ ਉਹਨਾਂ ਨੇ ਉਹਨਾਂ ਨੂੰ ਇਹ ਗੱਲ ਵੀ ਕੀਤੀ ਹੈ, ਵਿਦਿਆਰਥੀਆਂ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਪਰ ਜਿਹੜਾ ਪ੍ਰੋਫੈਸਰ ਦੀ ਗੱਲ ਕੀਤੀ ਜਾ ਰਹੀ ਹੈ, ਪ੍ਰੋਫੈਸਰ ਸੁਰਜੀਤ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਉਹਨਾਂ ਨੂੰ ਇਹ ਵੀ ਕਿਹਾ ਕਿ ਦੋਸ਼ੀ ਵੀ ਪਾਇਆ ਜਾ ਕੇ ਸਕਿਆ ਜਿਹੜੇ ਸਿੱਟ ਦੇ ਵਿੱਚ ਜਿਹੜੀ ਸਿੱਟ ਬਣਾਈ ਗਈ ਸੀਗੀ, ਪਰ ਉਹਦੇ ਵਿੱਚ ਹਲੇ ਕੋਈ ਵੀ ਪ੍ਰਕਾਰ ਦੀ ਕੋਈ ਵੀ ਅੱਗੇ ਕਾਰਵਾਈ ਨਾ ਹੋਣ ਦੇ ਬਾਵਜੂਦ ਜਿਹੜਾ ਇਹ ਮੋਰਚਾ ਹੈਗਾ ਹਲੇ ਵੀ ਜਾਰੀ ਹੈਗਾ। ਅਤੇ ਫਿਲਹਾਲ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਸਮਾਂ ਜਿਹੜਾ ਲੱਗੇਗਾ, ਜਿਸ ਦੇ ਵਿੱਚ ਜਿਹੜਾ ਹੈਗਾ ਇਹ ਭੈਣ ਆ ਜਾਂ ਜਿਹੜੇ ਵਿਦਿਆਰਥੀ ਨੇ ਬੈਠੇ ਨੇ ਆਪਣੀ ਭੈਣ ਨੂੰ ਇਨਸਾਫ ਦਿਵਾਉਣ ਲਈ, ਜਸ਼ਨਦੀਪ ਕੌਰ ਨੂੰ ਇਨਸਾਫ ਦਿਵਾਉਣ ਲਈ, ਤਾਂ ਕਿੰਨੇ ਸਮੇਂ ਦੇ ਵਿੱਚ ਹੈਗਾ ਜਿਹੜਾ ਇਹਨਾਂ ਨੂੰ ਇਨਸਾਫ ਮਿਲੇਗਾ। ਫਿਲਹਾਲ ਫਿਲਹਾਲ ਜਿਹੜਾ ਹੈਗਾ ਇਹ ਧਰਨਾ ਪ੍ਰਦਰਸ਼ਨ ਜਾਰੀ ਹੈ, ਵਿਦਿਆਰਥੀ ਇੱਥੇ ਬੈਠੇ ਹੈਗੇ ਨੇ ਅਤੇ ਉਹਨਾਂ ਦੀ ਮੰਗ ਹੈਗੀ ਕਿ ਜਿਹੜਾ ਸਾਨੂੰ ਜਿਹੜਾ ਬਣਦਾ ਇਨਸਾਫ ਆ ਜਸ਼ਨਦੀਪ ਕੌਰ ਨੂੰ ਉਹ ਦਿੱਤਾ ਜਾਵੇ। ਦੇਖੋ, ਬੜੇ ਦੁੱਖ ਦੀ ਗੱਲ ਹੈ ਕਿ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਆਪਣੇ ਹੱਕਾਂ ਦੇ ਵਾਸਤੇ, ਨਿਆਂ ਵਾਸਤੇ ਧਰਨੇ 'ਤੇ ਬੈਠਣਾ ਪੈ ਰਿਹਾ ਹੈ, ਐਡਮਿਨਿਸਟ੍ਰੇਸ਼ਨ ਦੇ ਖਿਲਾਫ਼ ਧਰਨਾ ਦੇਣਾ ਪੈ ਰਿਹਾ ਹੈ ਅਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਰਵੱਈਆ ਬਿਲਕੁਲ ਪੱਖਪਾਤੀ ਹੈ ਅਤੇ ਇੱਕ ਵਿਅਕਤੀ ਨੂੰ ਬਚਾਉਣ ਲਈ ਐਡਮਿਨਿਸਟ੍ਰੇਸ਼ਨ ਨੇ ਸਾਰਾ ਜ਼ੋਰ ਲਾਇਆ ਹੋਇਆ। ਜਿਹੜੀਆਂ ਗੱਲਾਂ ਇਹਨਾਂ ਬੱਚਿਆਂ ਤੋਂ ਸਾਹਮਣੇ ਆਈਆਂ ਉਹ ਤਾਂ ਇਹ ਹੈ ਵੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਸ਼ਨਪ੍ਰੀਤ ਕੌਰ ਦੀ ਜਿਹੜੀ ਡੈਥ ਤੋਂ ਬਾਅਦ, ਉਹਦੇ ਵਿੱਚ ਪਹਿਲਾਂ ਤਾਂ ਇਨਵੈਸਟੀਗੇਸ਼ਨ ਨਿਰਪੱਖ ਨਹੀਂ ਹੈ ਅਤੇ ਦੂਸਰੀ ਜਿਹੜਾ ਦੋਸ਼ੀ ਹੈ ਉਹਨੂੰ ਇਨਵੈਸਟੀਗੇਸ਼ਨ ਦੇ ਵਿੱਚ ਬਿਠਾ ਕੇ, ਜਿਹੜੇ ਕੋਈ ਉਹਦੇ ਵਿੱਚ ਜਿਨ੍ਹਾਂ ਨੇ ਬਿਆਨ ਦੇਣੇ ਉਹਨਾਂ ਦੇ ਸਾਹਮਣੇ ਬਿਠਾ ਕੇ ਬਿਆਨ ਲਏ ਜਾ ਰਹੇ ਨੇ ਅਤੇ ਉਹ ਖੁਦ ਕ੍ਰੋਸ ਕੁਐਸਚਨਿੰਗ ਕਰ ਰਹੇ ਆ, ਉਹ ਜਿਹੜਾ ਉੱਥੇ ਬੈਠ ਕੇ ਜਿਹੜਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਪ੍ਰੈਸ਼ਰਾਈਜ਼ ਕਰ ਰਿਹਾ। ਸੋ ਇਹਦੇ ਨਾਲ ਤਾਂ ਇਨਵੈਸਟੀਗੇਸ਼ਨ ਦੇ ਆਪਦੇ 'ਤੇ ਹੀ ਬੜਾ ਵੱਡਾ ਸਵਾਲ ਖੜ੍ਹਾ ਹੋ ਜਾਂਦਾ। ਸੋ ਸਾਡੀ ਇੱਕ ਤਾਂ ਇਹ ਹੈ ਵੀ ਜਿਹੜੀ ਕੋਈ ਵੀ ਇਨਵੈਸਟੀਗੇਸ਼ਨ ਯੂਨੀਵਰਸਿਟੀ ਨੇ ਕਰਨੀ ਹੈ, ਬੱਚਿਆਂ ਦੀ ਵੀ ਮੰਗ ਇਹੀ ਹੈ ਵੀ ਉਹਨਾਂ ਨੂੰ ਨਿਰਪੱਖ ਹੋਵੇ। ਇਟ ਡਜ਼ਨਟ ਹੋਣੀ ਨਹੀਂ ਚਾਹੀਦੀ ਸਿਰਫ, ਇਟ ਹੈਜ਼ ਟੂ ਲੱਗਣੀ ਵੀ ਨਿਰਪੱਖ ਚਾਹੀਦੀ ਹੈ। ਦੋਨੇ ਪਹਿਲੂ ਨੇ ਵੀ ਇਨਵੈਸਟੀਗੇਸ਼ਨ ਨਿਰਪੱਖ ਹੋਵੇ ਵੀ ਅਤੇ ਲੱਗੇ ਵੀ ਨਿਰਪੱਖ। ਅਤੇ ਦੂਸਰੀ ਗੱਲ ਜਿਹੜੀ ਹੈਗੀ ਹੈ ਵੀ ਜਿਹੜੇ ਬੱਚਿਆਂ ਦੇ ਖਿਲਾਫ਼ 308 ਦਾ ਪਰਚਾ ਕੀਤਾ ਗਿਆ, ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਲਈ, ਉਹਨਾਂ ਨੂੰ ਇਸ ਧਰਨੇ ਤੋਂ ਚੱਕਣ ਲਈ ਜਿਹੜਾ ਪੁਲਿਸ ਇਹ ਪਰਚਾ ਦਰਜ ਕਰਾਇਆ ਉਹ ਵੀ ਕੈਂਸਲ ਹੋਣਾ ਚਾਹੀਦਾ। ਅਤੇ ਇਹ ਮੈਂ ਸਮਝਦਾ ਜੋ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ, ਯੂਨੀਵਰਸਿਟੀ ਸਹੀ ਢੰਗ ਨਾਲ ਚੱਲੇ ਉਹਦੇ ਵਾਸਤੇ ਜਿਹੜਾ ਹੈ ਬੱਚਿਆਂ ਦੀ, ਅਤੇ ਜਿਹੜਾ ਵੀ ਯੂਨੀਵਰਸਿਟੀ ਦਾ ਹਿੱਸਾ, ਚਾਹੇ ਕੋਈ ਅਧਿਆਪਕ ਨੇ, ਚਾਹੇ ਬੱਚੇ ਨੇ, ਚਾਹੇ ਹੋਰ ਸਟਾਫ ਹੈ, ਉਹਨਾਂ ਦੇ ਹੱਕਾਂ ਦੀ ਰਾਖੀ ਕਰਨੀ, ਉਹਨਾਂ ਦੇ ਹੱਕ ਵਿੱਚ, ਸਹੀ ਦੇ ਹੱਕ ਵਿੱਚ ਖੜ੍ਹਨਾ, ਇਹ ਯੂਨੀਵਰਸਿਟੀ ਦੇ ਪ੍ਰਸ਼ਾਸਨ ਦਾ ਹੱਕ ਹੈ। ਉਹਨਾਂ ਨੇ ਨਿਆਂ ਲੈ ਕੇ ਦੇਣਾ ਅਤੇ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਇਮੀਡੀਏਟਲੀ ਹੱਲ, ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ, ਨਿਰਪੱਖ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਅਤੇ ਦੋਸ਼ੀ ਨੂੰ ਸਜ਼ਾ ਮਿਲੇ, ਅਤੇ ਦੂਸਰੀ ਜਿਹੜੇ ਬੱਚਿਆਂ ਦੇ ਖਿਲਾਫ਼ ਪਰਚੇ ਦਰਜ ਨੇ ਉਹ ਕੈਂਸਲ ਹੋਣੇ ਚਾਹੀਦੇ।
ਸਰਕਾਰ ਵੱਲੋਂ ਕੋਈ ਵੀ ਜਿਹੜਾ ਨੁਮਾਇੰਦਾ ਹੈਗਾ ਹਾਲੇ ਤੱਕ ਇਹਨਾਂ ਤੱਕ ਕੋਈ ਪਹੁੰਚ ਨਹੀਂ ਕੀਤੀ, ਪਿਛਲੇ 25 ਦਿਨਾਂ ਤੋਂ ਜਿਹੜੇ ਸਟੂਡੈਂਟ ਨੇ ਠੰਡ ਦੇ ਵਿੱਚ ਬੈਠੇ ਹੈਗੇ ਨੇ, ਸਰਕਾਰ ਨੂੰ ਕਿੱਥੇ ਖੜਾ ਦੇਖਦੇ ਹੋ ਸਟੈਂਡ ਕੀ? ਦੇਖੋ ਸਰਕਾਰ ਸਿਰਫ ਜਿਹੜੀ ਮੌਜੂਦਾ ਸਰਕਾਰ ਹੈ ਉਹ ਵੋਟਾਂ ਲੈਣ ਤੱਕ ਹੀ ਉਹਨਾਂ ਨੇ ਗੱਲਾਂ ਕੀਤੀਆਂ, ਜਿਹੜੀਆਂ ਵੀ ਵੱਡੇ ਵੱਡੇ ਉਹ ਦਾਅਵੇ ਕਰਦੇ ਰਹੇ ਆਪਦੇ ਆਪ ਨੂੰ ਇੱਕ ਵੱਖਰੀ ਪਾਰਟੀ ਵੱਲੋਂ ਜਾਂ ਇੱਕ ਵੱਖਰੀ ਸੋਚ ਵਜੋਂ ਉਹ ਆਪਦੇ ਆਪ ਨੂੰ ਜਿਹੜਾ ਹੈ ਸਾਹਮਣੇ ਲੋਕਾਂ ਦੇ ਲਿਆਉਂਦੇ ਰਹੇ, ਅੱਜ ਲੋਕਾਂ ਨੂੰ ਚਾਨਣ ਹੋ ਗਿਆ ਵੀ ਉਹ ਕਹਿਣ ਦੀਆਂ ਅਤੇ ਕਰਨ ਦੀਆਂ ਗੱਲਾਂ ਵਿੱਚ ਬਹੁਤ ਫਰਕ ਹੈ। ਕਹਿਣੀ ਅਤੇ ਕਥਨੀ ਜਿਹੜੀ ਆ ਉਹਨਾਂ ਦੀ ਪੂਰੀ ਦੋਨੇ ਪੱਖ ਤੋਂ ਪੂਰੇ ਨਹੀਂ ਹੈਗੇ ਉਹ, ਅਤੇ ਇਹ ਗੱਲਾਂ ਅੱਜ ਸਾਹਮਣੇ ਆ ਗਈਆਂ। ਨਹੀਂ ਤਾਂ ਸਰਕਾਰ ਦਾ ਦੇ ਅੱਗੇ ਕਿੱਡਾ ਇਸ਼ੂ ਹੈ ਇਹ, ਸਰਕਾਰ ਕਿਸੇ ਨੂੰ ਆਪਦੇ ਨੁਮਾਇੰਦੇ ਨੂੰ ਭੇਜ ਕੇ ਕਿਸੇ ਆਫਿਸਰ ਨੂੰ ਭੇਜ ਕੇ ਇਹਨੂੰ 2 ਮਿੰਟ ਸੈਟਲ ਕਰਵਾ ਸਕਦੇ, ਕੋਈ ਐਡਾ ਇਸ਼ੂ ਨਹੀਂ ਹੈ, ਸਿਰਫ ਇੱਕ ਨਿਆਂ ਦੀ ਗੱਲ ਹੈ। ਇਹ ਸਰਕਾਰ ਦੀ ਵੀ ਡਿਊਟੀ ਬਣਦੀ ਹੈ, ਪ੍ਰਸ਼ਾਸਨ ਦੀ ਵੀ ਡਿਊਟੀ ਬਣਦੀ ਹੈ ਵੀ ਨਿਆਂ ਮਿਲੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇ। ਤੁਹਾਡੇ ਵੱਲੋਂ ਕੋਈ VC ਨੂੰ ਕੋਈ ਮਤਲਬ? ਦੇਖੋ ਇਹਨਾਂ ਦੀ ਜੋ ਰਿਪ੍ਰਜੈਂਟੇਸ਼ਨ ਹੈ ਉਹ ਅਸੀਂ ਗਵਰਨਰ ਸਾਹਿਬ ਕੋਲ ਲੈ ਕੇ ਜਾਵਾਂਗੇ, ਉਹਨਾਂ ਨਾਲ ਇਸ਼ੂ ਟੇਕਅਪ ਕਰਾਂਗੇ, ਕਿਉਂਕਿ ਗਵਰਨਰ ਸਾਹਿਬ ਚਾਂਸਲਰ ਨੇ ਇਸ ਯੂਨੀਵਰਸਿਟੀ ਦੇ, ਅਤੇ ਅਸੀਂ ਆਸ ਕਰਦੇ ਹਾਂ ਵੀ ਉਹ ਬੱਚਿਆਂ ਨੂੰ ਨਿਆਂ ਦਿਵਾਉਣਗੇ, ਕਿਉਂਕਿ VC ਕੋਲ ਤਾਂ ਇਹਨਾਂ ਨੇ ਆਲਰੇਡੀ ਕਿੰਨੀ ਵਾਰ ਆਪਦੀ ਗੱਲ ਰੱਖ ਚੁੱਕੇ ਨੇ। ਸ਼ਾਇਦ ਤੁਹਾਡੇ ਗੱਲ ਕਰਨ ਨਾਲ ਸ਼ਾਇਦ ਕੁਛ ਹੋ ਸਕਦਾ ਜੀ। ਦੇਖੋ ਮੈਂ ਇਹ ਸਮਝਦਾਗਾ ਵੀ ਜਿਹੜਾ ਜਦ ਇੱਕ ਪ੍ਰਸ਼ਾਸਨ ਇੱਕ ਸੋਚ ਲੈ ਕੇ ਚੱਲ ਪਏ ਕਿਸੇ ਨੂੰ ਬਚਾਉਣ ਦਾ, ਫਿਰ ਤਾਂ ਜਿਵੇਂ ਕਹਿੰਦੇ ਉਹਦਾ ਕੋਈ ਉੱਥੇ ਬੇਤੁੱਕੀਆਂ ਗੱਲਾਂ ਦਾ ਜਿਹੜਾ ਉੱਥੇ ਆਪਦੀ ਗੱਲ ਕਰਨ ਦਾ ਕੋਈ ਜਿਹਨੇ ਕੋਈ ਸੁਣਨੀ ਨਹੀਂ ਉਹਦਾ ਕੋਈ ਫਾਇਦਾ ਨਹੀਂ। ਜਿੱਥੇ ਗੱਲ ਸੁਣੀ ਜਾਵੇ, ਜਿੱਥੇ ਕੋਈ ਹੱਲ ਹੋ ਸਕਦਾ ਅਸੀਂ ਉੱਥੇ ਟੇਕਅਪ ਕਰਾਂਗੇ, ਜੇ ਲੋੜ ਪਈ VC ਨਾਲ ਵੀ ਗੱਲ ਕਰਾਂਗੇ ਫੋਨ 'ਤੇ। ਪਰ ਅੱਜ ਤੱਕ ਦੇ ਜੋ ਇਹ ਸਾਰੀਆਂ ਗੱਲਾਂ ਨੇ VC ਸਾਹਿਬ ਵੱਲੋਂ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ, ਇਹ ਦੁਖਦਾਈ ਗੱਲ ਹੈ। ਅਸੀਂ ਆਸ ਕਰਦੇ ਹਾਂ ਵੀ ਐਡੇ ਵੱਡੇ ਅਹੁਦੇ 'ਤੇ ਪਹੁੰਚ ਕੇ ਐਡੇ ਵੱਡੇ ਜਿਹੜਾ ਹੈ ਚੰਗੇ ਜਿਹੜੀ ਹੈ ਐਜੂਕੇਸ਼ਨ ਹਰ ਪੱਖ ਤੋਂ ਜਿਹੜੇ ਇਹ VC ਦੀ ਜਿਹੜੀ ਚੋਣ ਹੁੰਦੀ ਹੈ ਕੋਈ ਆਮ ਨਹੀਂ ਹੈ, ਜਿਹੜਾ VC ਉਹ ਵਿਅਕਤੀ ਇਸ ਦੇ ਯੋਗ ਹੁੰਦਾ ਜਿਹੜਾ ਹਰ ਪੱਖ ਤੋਂ ਜਿਹੜਾ ਹੈ ਇਸ ਮਾਪਦੰਡ ਪੂਰੇ ਕਰਦਾ ਹੋਵੇ। ਅਤੇ ਜੇ ਇਸ ਅਹੁਦੇ 'ਤੇ ਬੈਠੇ ਨੇ ਮੈਂ ਸਮਝਦਾ ਉਹਨਾਂ ਨੂੰ ਜ਼ਰੂਰ ਦੁਬਾਰੇ ਵਿਚਾਰ ਕਰਨਾ ਚਾਹੀਦਾ, ਅਤੇ ਅਸੀਂ ਵਰਬਲੀ ਉਹਨਾਂ ਨੂੰ ਫੋਨ ਲੈਵਲ 'ਤੇ ਮੈਂ ਗੱਲ ਕਰਕੇ ਇਹਨੂੰ ਕੋਸ਼ਿਸ਼ ਕਰਾਂਗੇ ਜੋ